ਭਜਾਈਏ ਸਤਿਗੁਰ ਰਵਿਦਾਸ ਜੀ। ਐਸੀ ਕਰਨੀ ਦੇ ਮਾਲਕ ਹੁੰਦੇ ਹੋਏ ਵੀ ਆਪਣੇ ਮਨ ਨੂੰ ਸਦਾ ਨਿਮਰਤਾ ਵਿੱਚ ਰੱਖਦੇ ਹੋਏ ਸਾਰੀ ਕਾਇਨਾਤ ਨੂੰ ਰੱਬੀ ਰੰਗ ਵਿੱਚ ਰੰਗੀ ਗਏ। ਜਦੋਂ ਅਸੀਂ ਇੱਕ ਨਜ਼ਰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲ ਵੇਖਦੇ ਹਾਂ, ਉਹ ਵੀ ਐਡੀ ਵੱਡੀ ਗੱਡੀ ਦੇ ਮਾਲਕ ਹੁੰਦੇ ਹੋਏ ਮਨ ਵਿੱਚ ਨਿਮਰਤਾ ਰੱਖਦੇ ਸਨ ਅਤੇ ਸੰਗਤਾਂ ਦੇ ਜੋੜਿਆਂ ਦੀ ਸੇਵਾ ਆਪਣੇ ਹੱਥੀਂ ਕਰਦੇ ਸਨ। ਅੱਜ ਵੀ ਸਿੱਖ ਸੰਗਤਾਂ ਵਿੱਚ ਜੋੜਿਆਂ ਦੀ ਸੇਵਾ ਮਨ ਚਿੱਤ ਲਾ ਕੇ ਕੀਤੀ ਜਾਂਦੀ ਹੈ।